साडा गुआंढी मुल्क पाकिस्तान साडी नौजवान पीढ़ी नूं बर्बाद करन वास्ते अक्सर ही जिहड़ियां कोशिशां करदा रहिंदा, परंतु बी एस एफ ते पंजाब पुलिस जिहड़ी बहुत ही ज़्यादा सतर्क है। मानयोग डी जी पी साहब, एस एस पी साहब तरन तारण, इन्हां दे दिशा निर्देश तहत जिहड़ी आ बॉर्डर नूं स्पैशल तौर पर चैकिंग दौरान असीं रखिया जांदा। अज्ज सानूं इनफॉर्मेशन मिली सी कि कोई हलचल जिहड़ी आ राती जिहड़ी इंडिया पाकिस्तान बार्डर ते हुई है, जो बी एस एफ ते पंजाब पुलिस दे सांझे ऑपरेशन सर्च ऑपरेशन दौरान 1 किलो हीरोइन जिहड़ी आ रिकवर हुई है, जिस तहत जिहड़ा थाणा खेमकरन विखे केस रजिस्टर कर लिया, जिहड़ी हीरोइन उहनूं कब्जे च लै के इहदी नैक्सट प्रोसीडिंग चलाई जा रही है। इस ਕਿਹੜੇ ਜਿਹੜੇ ਸਾਡੇ ਸ਼ੱਕੀ ਵਿਅਕਤੀ ਹੈ ਜਿਨ੍ਹਾਂ ਨੇ ਹੀਰੋਇਨ ਪਾਕਿਸਤਾਨ ਤੋਂ ਮੰਗਾਈ ਆ, ਸਾਇੰਟੀਫਿਕ ਤਰੀਕੇ ਨਾਲ ਇਹਦੀ ਪੜਤਾਲ ਕਰਕੇ ਉਹਨਾਂ ਤੱਕ ਜਲਦੀ ਪਹੁੰਚਿਆ ਜਾਵੇ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।